ਆ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਚਰਚਾਵਾਂ ਨੇ ਵੀ ਬਠਿੰਡਿਓਂ ਭੱਜ ਰਹੀ ਹੈ ਬੀਬੀ ਹਰਸਿਮਰਤ ਕੌਰ ਬਾਦਲ ਆ ਰਹੀ ਹੈ ਫਿਰੋਜ਼ਪੁਰ ਅਤੇ ਮੈਨੂੰ ਕਹਿ ਦੇਣਗੇ ਫਿਰੋਜ਼ਪੁਰ ਲੜ ਜਾ ਕੇ ਸਿੰਘ ਡਟ ਜੂਗਾ। ਮੈਂ ਇਹ ਗੱਲ ਤੁਹਾਨੂੰ ਕਹਿ ਰਿਹਾ, ਪ੍ਰਾਇਮਰੀ ਮੈਂਬਰ ਹਾਂ ਮੈਂ ਇਸ ਡੈਮੋਕ੍ਰੇਟਿਕ ਅਲਾਇੰਸ ਦਾ। ਆਮ ਆਦਮੀ ਪਾਰਟੀ ਲਈ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਵਿੱਚ ਕੋਈ ਜਗ੍ਹਾ ਨਹੀਂ। ਨੇੜੇ ਆ ਰਹੀਆਂ ਲੋਕ ਸਭਾ ਚੋਣਾਂ ਲਈ ਦੇਸ਼ ਦੇ ਵੱਖ ਵੱਖ ਰਾਜਾਂ ਦੇ ਨਾਲ ਨਾਲ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੇ ਵੀ ਕਮਰ ਕੱਸੇ ਕਰ ਲਏ ਨੇ ਅਤੇ ਲੋਕਾਂ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ। ਪੰਜਾਬ ਦੀਆਂ ਸਾਰੀਆਂ ਪਾਰਟੀਆਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਉਹਨਾਂ ਵੱਲੋਂ ਲੋਕ ਸਭਾ ਚੋਣਾਂ ਵਿੱਚ ਵੱਡੇ ਲੈਵਲ 'ਤੇ ਜਿੱਤ ਪ੍ਰਾਪਤ ਕੀਤੀ ਜਾਵੇਗੀ। ਇਸੇ ਤਰ੍ਹਾਂ ਸਿਮਰਜੀਤ ਸਿੰਘ ਬੈਂਸ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਵਿੱਚ ਬੈਂਸ ਨੇ ਹਿੱਕ ਠੋਕ ਕੇ ਕਿਹਾ ਕਿ ਜੇਕਰ ਪਾਰਟੀ ਉਹਨਾਂ ਨੂੰ ਹਰਸਿਮਰਤ ਕੌਰ ਬਾਦਲ ਦੇ ਵਿਰੁੱਧ ਚੋਣ ਲੜਨ ਲਈ ਕਹੇਗੀ ਤਾਂ ਉਹ ਹਰ ਹਾਲ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਦੇ ਵਿਰੁੱਧ ਚੋਣ ਲੜਨ ਲਈ ਤਿਆਰ ਨੇ। ਉਹਨਾਂ ਕਿਹਾ ਇਸ ਦੌਰਾਨ ਬੀਬਾ ਹਰਸਿਮਰਤ ਕੌਰ ਬਾਦਲ ਬਠਿੰਡਾ ਛੱਡ ਕੇ ਭਾਵੇਂ ਫਿਰੋਜ਼ਪੁਰ ਕਿਉਂ ਨਾ ਚਲੀ ਜਾਵੇ, ਉਹ ਫਿਰੋਜ਼ਪੁਰ ਤੋਂ ਵੀ ਉਸਦੇ ਖਿਲਾਫ ਡਟਣਗੇ ਅਤੇ ਚੋਣ ਵਿੱਚ ਜਿੱਤ ਪ੍ਰਾਪਤ ਕੀਤੀ ਜਾਵੇਗੀ। ਮੈਨੂੰ ਜੋ ਸਾਡੀ ਕੋਰ ਕਮੇਟੀ ਫਰਮਾਨ ਲਾਊਗੀ ਨਾ, ਮੈਨੂੰ ਫਰਮਾਨ ਲਾ ਦਊਗੀ ਵੀ ਜੇ ਹਰਸਿਮਰਤ ਕੌਰ ਬਾਦਲ ਭੱਜ ਕੇ ਫਿਰੋਜ਼ਪੁਰ ਜਾਂਦੀ ਹੈ, ਘੇਰ ਲਾ ਉੱਥੋਂ ਜਾ ਕੇ ਅਤੇ ਬੈਂਸ ਪਿੱਛੇ ਹਟਣ ਵਾਲਾ ਨਹੀਂ। ਮਤਲਬ ਸਪੋਜ਼ ਕਰੋ ਜੈਸੀਆਂ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਚਰਚਾਵਾਂ ਨੇ ਵੀ ਬਠਿੰਡਿਓਂ ਭੱਜ ਰਹੀ ਹੈ ਬੀਬੀ ਹਰਸਿਮਰਤ ਕੌਰ ਬਾਦਲ ਆ ਰਹੀ ਹੈ ਫਿਰੋਜ਼ਪੁਰ, ਅਤੇ ਮੈਨੂੰ ਕਹਿ ਦੇਣਗੇ ਫਿਰੋਜ਼ਪੁਰ ਲੜ ਜਾ ਕੇ ਸਿੰਘ ਡਟ ਜੂਗਾ ਉੱਥੇ ਜਾ ਕੇ, ਅਤੇ ਮੇਰੀ ਗੱਲ ਨਹੀਂ ਸਮਝੇ। ਪਾਰਟੀ ਆ ਸਿਮਰਜੀਤ ਬੈਂਸ, ਨਾ ਕੇਜਰੀਵਾਲ ਆ ਅਤੇ ਨਾ ਹੀ ਸੁਖਬੀਰ ਬਾਦਲ ਡਿਕਟੇਟਰ ਨਹੀਂ ਗਾ, ਇਹ ਸੀਨੀਅਰ ਬੈਠੇ ਆ ਜੋ ਮੈਨੂੰ ਹੁਕਮ ਆਦੇਸ਼ ਕਰਨਗੇ ਪਾਰਟੀ ਆ। ਮੇਰਾ ਖਿਆਲ ਐਸਾ ਪਰਿਵਾਰਕ ਮਾਹੌਲ ਕਿਸੇ ਰਾਜਨੀਤਿਕ ਪਾਰਟੀ ਅੰਦਰ ਨਹੀਂ ਜੈਸਾ ਫਰੈਂਡਲੀ ਮਾਹੌਲ ਲੋਕ ਇਨਸਾਫ ਪਾਰਟੀ ਦੇ ਵਿੱਚ। ਮੈਂ ਇਹ ਕਹਿੰਦਾ ਵੀ ਜੇ ਖੁਦਾ ਨਾ ਖਾਸਤਾ ਉਹ ਉੱਥੋਂ ਭੱਜ ਕੇ ਜਾਂਦੀ, ਪਾਰਟੀ ਮੈਨੂੰ ਹੁਕਮ ਜਾਰੀ ਕਰਨ ਦੀ ਵੀ ਚੰਗਾ ਉੱਥੋਂ ਭੱਜ ਗਈ, ਇੱਕ ਪਾਸੇ ਬਠਿੰਡੇ ਤੋਂ ਭੱਜ ਕੇ ਫਿਰੋਜ਼ਪੁਰ ਆਉਂਦੀ ਹੈ, ਮੈਨੂੰ ਪਾਰਟੀ ਕਹਿ ਦੂ ਕਿ ਤੂੰ ਫਿਰੋਜ਼ਪੁਰ ਚੱਲ। ਮੈਂ ਪਾਰਟੀ ਦਾ ਵਫ਼ਾਦਾਰ ਅਨੁਸ਼ਾਸਿਤ ਸਿਪਾਹੀ ਹਾਂ, ਮੈਂ ਸਲੂਟ ਮਾਰ ਕੇ ਚੱਲੀ ਜਾਊਂ ਉੱਥੇ ਵੀ ਠੀਕ ਆ। ਹਾਂਜੀ 21 ਮਹੀਨੇ ਬਨਾਮ 10 ਸਾਲ ਪੰਜਾਬ ਦੇ ਅੰਦਰ ਮਾਫੀਆ ਲਫ਼ਜ਼ ਕਿਹੜੇ ਲੋਕਾਂ ਦੇ ਸਮੇਂ 'ਚ ਆਇਆ? ਅਤੇ ਮੈਂ ਉਹੀ ਕਹਿ ਤੁਹਾਡੇ ਸਵਾਲ ਦਾ ਜਵਾਬ ਦੇਣ ਲੱਗਿਆਂ, ਮਾਫੀਆ ਲਫ਼ਜ਼ 10 ਸਾਲਾਂ ਦੀ ਕ੍ਰੀਏਸ਼ਨ ਹੈਗੀ ਆ ਜਿਨ੍ਹਾਂ ਨੇ ਇਸ ਰਸਤੇ 'ਤੇ ਇਸ ਭੱਠੀ ਦੇ ਵਿੱਚ ਪੰਜਾਬੀਆਂ ਨੂੰ ਝੋਕਤਾ। ਆਏ ਤਾਂ ਅਸੀਂ ਇਹ ਪਵਿੱਤਰ ਗੁਟਕਾ ਸਾਹਿਬ ਮੱਥੇ ਨੂੰ ਲਾ ਕੇ ਖਤਮ ਕਰ ਦਿਆਂਗੇ, ਪਰ ਖਤਮ ਨਹੀਂ ਹੋਇਆ। ਪਹਿਲਾਂ ਪੰਜਾਬੀ ਦਾ ਕਹਾਵਤ ਹੈਗਾ, ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਮਾਰ ਦਿਓ, ਤਾਂ ਕਿ ਅੱਗੇ ਤੋਂ ਚੋਰ ਜੰਮਣੇ ਬੰਦ ਹੋ ਜਾਣ। ਸੋ ਇਸ ਕਰਕੇ ਪਾਰਟੀ ਜੋ ਮੈਨੂੰ ਫਰਮਾਨ ਜਾਰੀ ਕਰੂਗੀ ਉੱਥੇ ਸਿਮਰਜੀਤ ਬੈਂਸ ਡਟ ਕੇ ਪਹਿਰਾ ਦਊ। ਵਾਦੇ ਖਲਕ ਨਗਾੜਾ ਏ ਖੁਦਾ। ਜਿਹੜੀ ਬੈਲਟ EVM ਪੇਟੀ ਹੈਗੀ ਆ ਨਾ ਮਤਦਾਨ ਪੇਟੀ ਦੇ ਵਿੱਚੋਂ ਕੈਂਡੀਡੇਟ 13 ਦੇ 13 ਹੀ ਹੋਣ। ਨਹੀਂ ਏਦਾਂ ਤੁਹਾਨੂੰ ਮੈਂ ਦੱਸਦਾ, ਨਹੀਂ ਇਹ ਗੱਲ ਨਹੀਂ ਹੈਗੀ, ਕਿਉਂਕਿ ਅਲਾਇੰਸ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਜੀ ਸਾਡੇ ਸਤਿਕਾਰਯੋਗ ਸਾਥੀ ਆ, PDA ਦੇ ਸਾਡੇ ਪਾਰਟਨਰ ਨੇ, ਅਲਾਇੰਸ ਪਾਰਟਨਰ, ਉਹ ਆਲਰੇਡੀ ਪਟਿਆਲਾ ਤੋਂ ਲੋਕ ਸਭਾ ਦੇ ਮੈਂਬਰ ਨੇ। ਉਹਨਾਂ ਦਾ ਉੱਥੇ ਸਮਾਜਿਕ ਔਰਾ, ਮੇਰਾ ਖਿਆਲ ਮੈਨੂੰ ਦੱਸਣ ਦੀ ਵੀ ਜ਼ਰੂਰਤ ਨਹੀਂ ਵੀ ਉਹਨਾਂ ਦਾ ਉੱਥੇ ਸਮਾਜਿਕ ਔਰਾ, ਸਮਾਜਿਕ ਉਹਨਾਂ ਦੀ ਰਿਸਪੈਕਟ ਉਸ ਲੋਕ ਸਭਾ ਕੰਸਟੀਚੁਐਂਸੀ ਦੇ ਵਿੱਚ ਕੈਸੀ ਹੈ। ਸਾਡੇ ਕੋਲ ਤਾਂ ਬਹੁਤ ਟੌਪ ਦਾ ਕੈਂਡੀਡੇਟ ਹਨ, ਉਹ ਤਾਂ ਮੈਂ ਤਾਂ ਗਿਆ ਵੀ ਜੇ ਬਠਿੰਡਾ ਤੋਂ ਭੱਜ ਕੇ ਬੀਬੀ ਇੱਧਰ ਰਾਜੇ ਪਾਰਟੀ ਮੈਨੂੰ ਕਹਿ ਦੇ ਅਤੇ ਉੱਥੇ ਜਾ ਕੇ ਵੀ ਲੜ ਸਕਦਾ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਕੋਈ ਛੋਟੀ ਪਾਰਟੀ ਨਹੀਂ ਹੈ, ਇਸ ਪਾਰਟੀ ਵੱਲੋਂ ਪੰਜਾਬ ਵਿੱਚ ਜਮਹੂਰੀ ਗੱਠਜੋੜ ਨਾਲ ਮਿਲ ਕੇ ਲੋਕ ਸਭਾ ਚੋਣਾਂ ਲੜੀਆਂ ਜਾ ਰਹੀਆਂ ਨੇ। ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਆ ਅਤੇ ਅੱਜ ਜੋ ਜ਼ਿਲ੍ਹਾ ਪ੍ਰਧਾਨ ਸਵਾਨਾ ਨੇ ਰਿਪੋਰਟ ਦਿੱਤੀ ਆ ਉਹ ਬੜੀ ਪ੍ਰਸੰਨਤਾ ਵਾਲੀ ਆ ਕਿ ਅੱਜ ਆਪ ਮਹਾਰਾ ਪੰਜਾਬੀਆਂ ਦਾ ਪਿਆਰ ਲੋਕ ਇਨਸਾਫ਼ ਪਾਰਟੀ ਨੂੰ ਮਿਲ ਰਿਹਾ ਅਤੇ ਉਹਦੇ ਪਿੱਛੇ ਇੱਕ ਕਾਰਨ ਅਤੇ ਰੀਜ਼ਨ ਆ, ਕਿਉਂਕਿ 10 ਸਾਲ ਦਾ ਲੰਬਾ ਸਮਾਂ ਅਕਾਲੀਆਂ ਨੇ ਮਾਫੀਆ ਬਣਾ ਬਣਾ ਪੰਜਾਬ ਨੂੰ ਲੁੱਟਿਆ ਅਤੇ ਕੁੱਟਿਆ ਅਤੇ ਬਿਲਕੁਲ ਉਸੇ ਤਰੀਕੇ 21 ਮਹੀਨਿਆਂ ਤੋਂ ਕਾਂਗਰਸ ਦੀ ਹਕੂਮਤ ਵੀ ਉਹੀ ਕੁਛ ਕਰ ਰਹੀ ਹੈ ਜੋ ਉਹਨਾਂ ਨੇ 10 ਸਾਲਾਂ ਦੇ ਵਿੱਚ ਕੀਤਾ ਅਤੇ 21 ਮਹੀਨਿਆਂ ਦੇ ਵਿੱਚ ਅਚੀਵ ਕਰ ਗਏ ਉਹਨੂੰ। ਅਤੇ ਅੱਜ ਪੰਜਾਬੀ ਵੋਟਰ ਸੋਚਦਾ ਵੀ ਅਸੀਂ ਕਿਹੜੇ ਪਾਸੇ ਜਾਈਏ ਅਤੇ ਅੱਜ ਮੈਨੂੰ ਇਸ ਗੱਲ ਦੀ ਵੱਡੀ ਖੁਸ਼ੀ ਅਤੇ ਮਾਣ ਹੈ ਕਿ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨਾਂ ਦੀ ਜ਼ਿਲ੍ਹਾ ਜਥੇਬੰਦੀਆਂ ਦੀ ਜੋ ਰਿਪੋਰਟ ਹੈਗੀ ਆ ਅਤੇ ਉਹ ਬਹੁਤ ਵੱਡੀ ਪੱਧਰ 'ਤੇ ਪੰਜਾਬੀਆਂ ਦਾ ਹਾਂ ਪੱਖੀ ਅਤੇ ਸਪੋਰਟ ਵਾਲਾ ਰੁਝਾਨ ਲੈ ਕੇ ਆਈ ਅਤੇ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਦੇ ਉੱਤੇ ਮਜ਼ਬੂਤ ਪਕੜ ਵਾਲੇ ਬਿਨਾਂ ਕਿਸੇ ਦਾਗ ਤੋਂ
ਇਮਾਨਦਾਰ ਛਵੀ ਵਾਲੇ ਬੇਈਮਾਨ ਮਾਫੀਆ ਤੇ ਕਰਪਸ਼ਨ ਦੇ ਖਿਲਾਫ ਸੰਘਰਸ਼ ਕਰਨ ਦਾ ਜਜ਼ਬਾ ਰੱਖਣ ਵਾਲੇ ਕੈਂਡੀਡੇਟ ਲੋਕਾਂ ਦੀ ਕਚਹਿਰੀ ਦੇ ਵਿੱਚ ਲੈ ਕੇ ਆਏਗਾ। ਸੋ ਅੱਜ ਦੀ ਮੀਟਿੰਗ ਜਿਹੜੀ ਆ ਬਹੁਤ ਵਧੀਆ, ਮੈਂ ਸਾਰੇ ਸਤਿਕਾਰਯੋਗ ਪ੍ਰਧਾਨ ਸਾਹਿਬਾਨ ਅਹੁਦੇਦਾਰ ਸਾਹਿਬਾਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ। ਬਾਤਲ ਜੀ, ਇਹ ਗੱਲ ਲੋਕ ਇਨਸਾਫ ਪਾਰਟੀ, ਬਹੁਜਨ ਸਮਾਜ ਪਾਰਟੀ, ਗਾਂਧੀ ਸਾਹਿਬ, ਖਹਿਰਾ ਸਾਹਿਬ ਦੀ ਪਾਰਟੀ ਕਿੱਥੋਂ ਕਿੱਥੋਂ ਕਿੰਨੀਆਂ ਕਿੰਨੀਆਂ ਸੀਟਾਂ 'ਤੇ ਚੋਣ ਲੜੇਗੀ, ਇਹ ਲੋਕ ਇਨਸਾਫ ਪਾਰਟੀ ਦੀ ਮੀਟਿੰਗ ਦੇ ਵਿੱਚ ਤੈਅ ਨਹੀਂ ਹੋਣਾ। ਇੱਥੇ ਇਹ ਗੱਲ ਤੈਅ ਹੋਈ ਆ ਕਿ ਆਪਣੇ ਕਿਹੜੇ ਕਿਹੜੇ ਲੋਕ ਸਭਾ ਹਲਕੇ ਤੋਂ ਚੰਗੀ ਪਕੜ ਵਾਲੇ ਕਿਹੜੇ ਕਿਹੜੇ ਕੈਂਡੀਡੇਟ ਆ, ਤਾਂ ਕਿ ਜਦੋਂ PDA ਦੀ ਮੀਟਿੰਗ ਆਵੇ ਉਸ ਮੀਟਿੰਗ ਦੇ ਵਿੱਚ ਅਸੀਂ ਉਹਨਾਂ ਦੇ ਕੈਂਡੀਡੇਟ, ਆਪਣੇ ਕੈਂਡੀਡੇਟ, ਦੂਸਰੀ ਤੀਸਰੀ ਧਿਰ ਦੇ ਕੈਂਡੀਡੇਟ ਦੇਖ ਕੇ ਫਿਰ ਅਸੀਂ ਕੰਪੇਅਰ ਕਰਕੇ ਟਿਕਟ ਜਿਹੜੀ ਫਾਈਨਲ ਕਰਾਂਗੇ। ਵਿਨੇਬਿਲਟੀ ਹੋਏਗੀ, ਮੈਂ ਦੱਸਣ ਲੱਗਿਆ ਪੈਰਾਮੀਟਰ ਕੀ ਆ ਸਾਡਾ। ਪੈਰਾਮੀਟਰ ਹੋਏਗਾ ਜਿੱਤ ਕੌਣ ਸੌਖਿਆਂ ਦਰਜ ਕਰਦਾ, ਆਇਦਰ ਉਹ ਲੋਕ ਇਨਸਾਫ ਪਾਰਟੀ ਦਾ, ਜਾਂ ਉਹ ਬਹੁਜਨ ਸਮਾਜ ਪਾਰਟੀ ਦਾ, ਜਾਂ ਉਹ ਕਿਸੇ ਹੋਰ ਜਿਹੜੇ PDA ਦੇ ਵਿੱਚ ਸ਼ਾਮਿਲ ਦੂਜੀਆਂ ਪਾਰਟੀਆਂ ਉਹਨਾਂ ਦੇ ਵਿੱਚੋਂ। ਸੋ ਜਿੱਤ ਦਰਜ ਕਰਨ ਵਾਲਾ ਹੀ ਇੱਕ ਵਿਸ਼ੇਸ਼ ਪੈਰਾਮੀਟਰ ਹੋਏਗਾ। ਇਹ ਸਾਡੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤਾਂ ਇਹ ਕਹਿੰਦੇ ਵੀ ਅਸੀਂ ਇਹਨਾਂ ਤਾਂ ਸਾਰੇ ਲੋਕ ਸਭਾ ਹਲਕਿਆਂ ਦੇ ਵਿੱਚੋਂ ਬਹੁਤ ਚੰਗੀ ਛਵੀ ਵਾਲੇ ਕੈਂਡੀਡੇਟ ਲੈ ਕੇ ਆਏ, 13 ਦੇ 13 ਲੈ ਕੇ ਆਏ ਆ, 13 ਦੇ 13 ਕੈਂਡੀਡੇਟ ਇਹਨਾਂ ਨੇ ਆਪੋ ਆਪਣੇ ਲੋਕ ਸਭਾ ਹਲਕੇ ਦੀ ਨਾਵਾਂ ਵਾਲੀ ਲਿਸਟ ਮੈਨੂੰ ਦੇ ਦਿੱਤੀ ਆ, ਪਰ ਅਲਾਇੰਸ ਦੇ ਵਿੱਚ ਆ ਅਸੀਂ। ਬਾਕੀ ਪਾਰਟਨਰ ਨਾਲ ਗੱਲ ਕਰਨ ਤੋਂ ਬਾਅਦ ਫਿਰ ਉੱਥੇ ਗੱਲ ਆਉਂਦੀ ਹੈ ਵੀ ਜਿਹੜਾ ਜਿੱਤਣ ਵਾਲਾ ਬੰਦਾ ਹੋਇਆ ਉਹਨੂੰ ਟਿਕਟ ਦੇ ਕੇ ਲੋਕਾਂ ਦੀ ਤਿਆਰੀ ਜੇ ਪੈਂਦੀ। ਇਸ ਦੇ ਨਾਲ ਹੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਕੇਜਰੀਵਾਲ ਦੇ ਮੁਆਫ਼ੀ ਮੰਗੇ ਜਾਣ ਤੋਂ ਬਾਅਦ ਲੋਕ ਇਨਸਾਫ਼ ਪਾਰਟੀ ਆਮ ਆਦਮੀ ਪਾਰਟੀ ਨਾਲੋਂ ਗੱਠਜੋੜ ਤੋੜ ਚੁੱਕੀ ਹੈ ਅਤੇ ਹੁਣ ਕਿਸੇ ਵੀ ਹਾਲਤ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਇਹ ਗੱਠਜੋੜ ਨਹੀਂ ਹੋ ਸਕਦਾ। ਉਹਨਾਂ ਨੇ ਕੇਜਰੀਵਾਲ ਨੂੰ ਤਾਨਾਸ਼ਾਹ ਵੀ ਦੱਸਿਆ। 2017 ਦੀ ਇਲੈਕਸ਼ਨ ਵਿਧਾਨ ਸਭਾ ਸੀ, ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਸੀ। ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਤੋੜਿਆ ਜਦੋਂ ਕੇਜਰੀਵਾਲ ਸਾਹਿਬ ਨੇ ਮਜੀਠੀਆ ਦੇ ਨਾਲ ਸੰਧੀ ਕਰਕੇ ਮਾਫ਼ੀ ਮੰਗ ਕੇ ਕਲੀਨ ਚਿੱਟ ਦੇ ਦਿੱਤੀ। ਅਸੀਂ ਉਸੇ ਦਿਨ ਅਲਾਇੰਸ ਖਤਮ ਕਰ ਲਿਆ ਸੀ। ਦੁਬਾਰਾ ਅਲਾਇੰਸ ਕਰਨ ਦਾ ਮਤਲਬ ਹੀ ਨਹੀਂਗਾ। ਅਸੀਂ ਕਹੀ ਜਾਂਦੇ ਵੀ ਅਸੀਂ ਅਲਾਇੰਸ ਨਹੀਂ ਕਰਨਾ, ਅਸੀਂ ਤੋੜਿਆ ਇੱਕ ਸਿਧਾਂਤਕ ਬਹੁਤ ਵੱਡੇ ਮੋੜ ਦੇ ਉੱਤੇ ਆ ਕੇ। ਉਹੀ ਸਿਮਰਜੀਤ ਬੈਂਸ ਜਿਹੜਾ ਵਿਧਾਨ ਸਭਾ ਦੇ ਅੰਦਰ ਮਜੀਠੀਆ ਨੂੰ ਚਿੱਟਾ ਕਹਿੰਦਾ ਸੀ, ਉਹੀ ਅਰਵਿੰਦ ਕੇਜਰੀਵਾਲ ਜਿਹੜਾ ਸਟੇਜਾਂ ਦੇ ਉੱਤੇ ਕਾਲਰ ਫੜ ਕੇ ਸਭ ਤੋਂ ਵੱਡਾ ਚਿੱਟੇ ਦਾ ਵਪਾਰੀ ਕਹਿੰਦੇ ਹੋਏ ਜੇਲ੍ਹ 'ਚ ਬੰਦ ਕਰਨ ਦੀਆਂ ਗੱਲਾਂ ਕਰਦਾ ਸੀ, ਉਹ ਮਾਫ਼ੀ ਮੰਗ ਜੇ ਸਾਨੂੰ ਪ੍ਰਵਾਨ ਨਹੀਂ, ਕਲੀਨ ਚਿੱਟ ਦੇ ਜੇ ਸਾਨੂੰ ਪ੍ਰਵਾਨ ਨਹੀਂ ਗਾ। ਇਸ ਕਰਕੇ ਅਸੀਂ ਅਲਾਇੰਸ ਉਹਨਾਂ ਤੋਂ 2017 ਦੇ ਵਿੱਚ ਇਕੱਠੇ ਸੀ, ਤੋੜਿਆ ਮਜੀਠੀਆ ਅਤੇ ਕੇਜਰੀਵਾਲ ਸੰਧੀ ਕਰ, ਦੁਬਾਰਾ ਕੋਈ ਅਲਾਇੰਸ ਨਹੀਂ। ਮੇਰੇ ਨਾਲ ਬਹਿ ਕੇ ਕੋਈ ਫੋਨ ਨਹੀਂ ਹੋਇਆ ਉਹਨਾਂ ਦਾ, ਉਹਨਾਂ ਨੇ ਕੋਈ ਅਲੱਗ ਫੋਨ ਕੀਤਾ ਹੋਊਗਾ। ਪਰ ਮੈਂ ਇਹ ਕਹੂੰਗਾ ਕਿ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਵਿੱਚ ਆਮ ਆਦਮੀ ਪਾਰਟੀ ਨਾਲੋਂ ਲੋਕ ਇਨਸਾਫ਼ ਪਾਰਟੀ ਗੱਠਜੋੜ ਤੋੜ ਚੁੱਕੀ ਆ, ਦੁਬਾਰਾ ਬਿਲਕੁਲ ਵੀ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਵਿੱਚ ਆਮ ਆਦਮੀ ਪਾਰਟੀ ਨਹੀਂ ਆ ਸਕਦੀ। ਇਹ ਉਹਨਾਂ ਨੂੰ ਪੁੱਛੋ ਨਾ, ਅਸੀਂ ਤਾਂ ਫੋਨ ਨਹੀਂ ਕੀਤਾ। ਨੋ, ਹਜੇ ਤਾਂ ਟਕਸਾਲੀ ਅਕਾਲੀ ਦਲ PDA ਦਾ ਪਾਰਟ ਵੀ ਨਹੀਂ ਹੈਗਾ, ਕੱਲ੍ਹ ਪਹਿਲੀ ਮੀਟਿੰਗ ਦੇ ਵਿੱਚ ਆਇਆ ਉਹ। ਮੇਰੀ ਮੈਂ ਦੱਸਣ ਲੱਗਿਆ ਨਾ, ਸੁਣ ਵੀ ਲਓ, ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੀਆਂ ਜਿੱਦਣ ਦਾ ਬਣਿਆ ਮੇਰਾ ਖਿਆਲ ਅਨੇਕਾਂ ਮੀਟਿੰਗਾਂ ਹੋ ਚੁੱਕੀਆਂ ਨੇ। ਅਕਾਲੀ ਦਲ ਟਕਸਾਲੀ ਕੱਲ੍ਹ ਵੈਰੀ ਫਸਟ ਮੀਟਿੰਗ ਦੇ ਵਿੱਚ ਆਇਆ, ਉਹ ਫਸਟ ਮੀਟਿੰਗ ਦੇ ਵਿੱਚ ਆ ਕੇ ਸੈਕਿੰਡ ਰੂਮ ਦੇ ਵਿੱਚ ਜਾ ਕੇ ਕਿਹਦੇ ਨਾਲ ਕੀ ਗੱਲ ਕਰਦੇ ਆ ਮੈਨੂੰ ਕੋਈ ਜਾਣਕਾਰੀ ਨਹੀਂ। ਪਰ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਵਿੱਚ, ਕਿਉਂਕਿ ਅਸੀਂ ਆਮ ਆਦਮੀ ਪਾਰਟੀ ਨਾਲੋਂ ਅਲਾਇੰਸ ਖਤਮ ਕਰ ਲਿਆ, ਉਹਨਾਂ ਦਾ ਇਸ ਗੱਠਜੋੜ ਦੇ ਵਿੱਚ ਕਿਤੇ ਕੋਈ ਸਥਾਨ ਨਹੀਂ। ਇਹ ਖਹਿਰਾ ਸਾਹਿਬ ਨੂੰ ਮੈਂ ਆਪਣਾ ਦੱਸ ਸਕਦਾ ਨਾ ਕਿ ਪੰਜਾਬ ਡੈਮੋਕ੍ਰੇਟਿਕ ਅਲਾਇੰਸ 3 ਧਿਰਾਂ ਨੇ ਰਲ ਕੇ ਬਣਾਇਆ ਸੀ, ਬਹੁਜਨ ਸਮਾਜ ਪਾਰਟੀ, ਲੋਕ ਇਨਸਾਫ਼ ਪਾਰਟੀ ਅਤੇ ਖਹਿਰਾ ਸਾਹਿਬ ਦੀ। ਉਦੋਂ ਪਾਰਟੀ ਦਾ ਅਜੇ ਨਾਮ ਨਹੀਂ ਸੀ ਰੱਖਿਆ, ਪਟਿਆਲਾ ਦੇ ਵਿੱਚ, ਐਂਡ ਡਾਕਟਰ ਧਰਮਵੀਰ ਗਾਂਧੀ ਜੀ। ਮੈਂ ਇਹ ਗੱਲ ਤੁਹਾਨੂੰ ਕਹਿ ਰਿਹਾ, ਪ੍ਰਾਇਮਰੀ ਮੈਂਬਰ ਹਾਂ ਮੈਂ ਉਸ ਡੈਮੋਕ੍ਰੇਟਿਕ ਅਲਾਇੰਸ ਦਾ। ਆਮ ਆਦਮੀ ਪਾਰਟੀ ਲਈ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਵਿੱਚ ਕੋਈ ਜਗ੍ਹਾ ਨਹੀਂ। ਇਸ ਤੋਂ ਇਲਾਵਾ ਵੀ ਸਿਮਰਜੀਤ ਸਿੰਘ ਬੈਂਸ ਵੱਲੋਂ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ ਸਾਧੇ ਗਏ। ਜਦੋਂ ਸਾਡੀਆਂ ਸੀਟਾਂ ਦੀ ਪੂਰਨ ਤੌਰ 'ਤੇ ਵੰਡ ਹੋ ਜਾਏਗੀ ਨਾ, 13 ਸੀਟਾਂ ਦੀ, ਉਸ ਤੋਂ ਬਾਅਦ ਦੇ ਵਿੱਚ ਕੌਣ ਹੋਏਗਾ ਦੇਸ਼ ਦਾ ਪ੍ਰਧਾਨ ਮੰਤਰੀ,
इस गल का जवाब तुहानू दिता जाएगा। पर मैं एक गल जरूर कहूँगा, अज देश का रुझान दोनों वड्डियां राजनीतिक पार्टियां तो वोटरां दा देशवासियां दा रुझान उठ चुकिया, कांग्रेस ते बीजेपी। यूपी स्टेट दे विच सपा ते बसपा का समझौता, देश दे अंदर स्टेट लैवल दीआं छोटियां वड्डियां पार्टियां का गठजोड़, यह संकेत करता कि देश का अगला प्रधानमंत्री ना कांग्रेस से ना बीजेपी चो होएगा। ये जिहड़ियां स्टेट लैवल दीआं पार्टियां ने अगला देश का प्रधानमंत्री उन्हां दे विचों होएगा। ये बिट्टू जी वाला सवाल जिहड़ा मैं जवाब उन्होंने दिता उही छोटेपुर जी वाला कॉपी पेस्ट। नहीं, मैं कहा पहली मीटिंग दे विच आए सी, वो प्राइमरी मैंबर नहीं हैगे सी सर। आओ जो मीटिंग जी आया तो ज्वाइन होया ही है। नहीं, मैं क्या भी वो प्राइमरी मैंबर नहीं है, असी प्राइमरी मैंबर हाँ जिन्होंने अलायंस बनाया, तो इस पीडीए दे विच आम आदमी पार्टी वास्ते कोई जगह नहीं है। या फाउंडर फाउंडर मैंबर पुनीत जी, इदा हुंदा ये चार कोना हो जाए छे कोना मुकाबला हो जाए, वोटर ने डिसाइड करना भी कौन पंजाब के अंदर बेहतरी के नाल जिम्मेवारी इमानदारी ना काम कौन कर सकता, ये ड्यूटी वोटर दी। इदा कई कई पार्टियां कई कई अलायंस किड्डा कुछ हुंदा, चार कोने नहीं कई छे छे कोने अठ अठ कोने मुकाबले भी हुंदे, वोटर डिसाइड करता भी हाँ जी यह फैसला। कदे सोचा सी भी दुनिया का इतिहास बना देणगे लोग, गिनीज बुक ऑफ वर्ल्ड रिकॉर्ड दे विच मैं मेल करके पुछया भी तुहाडे कोले 2012 असेंबली दे विच, मैं गिनीज बुक ऑफ वर्ल्ड रिकॉर्ड दा किसे तुहानू मेल वायरल करूंगा, उन्हां दा मैनू रिप्लाई आया भी पूरे वर्ल्ड दे विच साडे कोले रिकॉर्ड नहीं भी जिथों एक टब्बर दे दो सगे भरा वोटर ने इंडिपेंडेंट MLA जिताते होण, जिताते ने इंडिपेंडेंट जिताते, साडी थोड़ी औकात। किन्ने कैंडीडेट सीगे जी उत्थे? 12 सारा कुछ सी ऐतकी कांग्रेस से अकाली दल कट्ठे हो गए। कदे हो सकता सी आत्मनगर हल्के चो अकाली दल की जमानत जब्त हो जाए, जिथे के 28 से 35 हज़ार परमानेंट वोट आ उन्हां दा, ऐत की जमानत जब्त हुई, सिर्फ तो सिर्फ भी छोटा बैंस हराओ ये विधानसभा ना बढ़ सके। लोगों ने इतिहास फिर सरजता, पिछली बार 52 हज़ार से ऐतकी 54 हज़ार वोटा पा दी। सो लोक इंसाफ पार्टी वालों लोग सभा चोणां लई बिगुल बजा दिता गया अते इन्हां लोक सभा चोणां दौरान लोक इंसाफ पार्टी नूं लोकां वल्लों किन्ना कु सहयोग दिता जांदा है, ये वेखण वाली गल रहेगी। ब्यूरो रिपोर्ट, पंजाबी लोक चैनल।